ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਵਿੱਚ ਜਿਹੜਾ ਹੁਣ ਸੀਜ਼ਨ ਆ, ਬਿਲਕੁਲ ਜਿਹੜਾ ਹਾੜੀ ਦਾ ਉਹ ਸਿਰ 'ਤੇ ਆ ਗਿਆ, ਅਤੇ ਕਈ ਤਰ੍ਹਾਂ ਦੇ ਮਸਲੇ ਆ ਜਿਹੜੇ ਉਹ ਖੜ੍ਹੇ ਹੋ ਗਏ ਆ। ਸੈਂਟਰ ਸਰਕਾਰ ਨਾਲ ਰਿਲੇਟਿਵ ਸਟੇਟ ਸਰਕਾਰ ਦੇ ਮਸਲੇ ਆ। ਇਹ ਮਸਲੇ ਪਿਛਲੇ ਕਈ ਮਹੀਨਿਆਂ ਤੋਂ ਰੌਲਾ ਰੱਪਾ ਪੈਂਦਾ, ਪਰ ਪੰਜਾਬ ਦੀ ਜਿਹੜੀ ਸਰਕਾਰ ਆ ਸਾਡੀ ਉਹ ਸੁੱਤੀ ਪਈ ਹੈ, ਜਿਹਦੇ ਕਰਕੇ ਹੁਣ ਜਮ੍ਹਾਂ ਸਿਰ 'ਤੇ ਪਾਣੀ ਲੰਘਣ ਵਾਲੀ ਗੱਲ ਹੋ ਗਈ ਹੈ। ਇਸ ਵੇਲੇ ਉਹਨਾਂ ਨੇ FCI ਨੇ ਬਹਾਨੇ ਬਣਾ ਤੇ ਕਿ ਕਣਕ ਦਾ ਜਿਹੜਾ ਦਾਣਾ ਹੈ ਟੁੱਟਿਆ ਨਹੀਂ ਹੋਣਾ ਚਾਹੀਦਾ, ਸਫਾਈ ਇੰਨੀ ਹੋਣੀ ਚਾਹੀਦੀ ਆ, ਛੋਟਾ ਵੱਡਾ ਨਹੀਂ ਇੰਨਾ ਹੋਣਾ ਚਾਹੀਦਾ, ਨਵੀਂ ਨਹੀਂ ਇੰਨੀ ਹੋਣੀ ਚਾਹੀਦੀ। ਇਹ ਚੀਜ਼ਾਂ ਸਾਰੀਆਂ ਹੁਣ ਇੱਕਦਮ ਕਿਵੇਂ FCI ਨੂੰ ਯਾਦ ਆ ਗਈਆਂ? ਹੁਣ ਤੋਂ ਇੰਨੇ ਸਾਲਾਂ ਦੀ ਕੋਈ ਸਮਝ ਲਓ ਵੀ 70 ਤੋਂ ਲੈ ਕੇ ਖਰੀਦ ਚੱਲ ਰਹੀ ਹੈ, 68 ਤੋਂ ਲੈ ਕੇ ਅਤੇ 50 ਸਾਲ ਤੋਂ ਉੱਤੇ ਹੋ ਗਿਆ, ਖਰੀਦ ਨਿਰਵਿਘਨ ਚੱਲ ਰਹੀ ਹੈ। ਹੁਣ ਐਡੀ ਛੇਤੀ ਕਿਵੇਂ ਜਿਹੜੀ ਹੈਗੀ ਹੈ FCI ਨੂੰ ਇਹਦੇ ਵਿੱਚ ਨਘੋਚਾਂ ਦਿਸਣ ਲੱਗ ਗਈਆਂ? ਸੋ ਪੰਜਾਬ ਸਰਕਾਰ ਨੂੰ, ਸਾਰੇ ਅਪੋਜੀਸ਼ਨ ਪਾਰਟੀਆਂ ਨੂੰ ਨਾਲ ਲੈ ਕੇ ਮਾਨਯੋਗ ਮੁੱਖ ਮੰਤਰੀ ਜੀ ਨੂੰ ਇਹਦੇ 'ਤੇ ਸਖ਼ਤ ਸਟੈਂਡ ਲੈਣਾ ਚਾਹੀਦਾ। ਪ੍ਰਧਾਨ ਮੰਤਰੀ ਜੀ ਨੂੰ ਮਿਲਣ ਦਾ ਟਾਈਮ ਲੈਣਾ ਚਾਹੀਦਾ, ਪ੍ਰਧਾਨ ਮੰਤਰੀ ਜੀ ਨੂੰ ਮਿਲਣਾ ਚਾਹੀਦਾ, ਪੰਜਾਬ ਦੀ ਗੱਲ ਸਾਰੀ ਜਾ ਕੇ ਦੱਸਣੀ ਚਾਹੀਦੀ ਹੈ ਵੀ ਪੰਜਾਬ ਦੇ ਲੋਕਾਂ ਨਾਲ ਜੇ ਇਉਂ ਆਪਾਂ ਜਾਤੀਆਂ ਕਰਾਂਗੇ ਜਾਂ ਵਿਤਕਰੇ ਕਰਾਂਗੇ ਤਾਂ ਫਿਰ ਹੋਰ ਪੰਜਾਬ ਦਾ ਜਿਹੜਾ ਆਉਣ ਵਾਲਾ ਸਮਾਂ ਨੁਕਸਾਨ ਹੋਏਗਾ, ਅਤੇ ਜੇ ਪੰਜਾਬ ਦਾ ਨੁਕਸਾਨ ਹੋਏਗਾ ਤਾਂ ਫਿਰ ਦੇਸ਼ ਦਾ ਨੁਕਸਾਨ ਹੋਏਗਾ ਨਾਲ ਹੀ। ਇਹ ਨਾ ਸੋਚਣ ਕਿ ਇਕੱਲਾ ਪੰਜਾਬ ਦਾ ਨੁਕਸਾਨ ਹੋਏਗਾ ਫਿਰ ਦੇਸ਼ ਦਾ ਨੁਕਸਾਨ ਨਹੀਂ ਹੋਏਗਾ। ਸੋ ਸਰਕਾਰ ਬਿਲਕੁਲ ਹੀ, ਮੈਂ ਤਾਂ ਸਮਝਦਾ ਵੀ ਅਵੇਸਲੀ ਹੋਈ ਪਈ ਹੈ, ਜਿਹਦੇ ਕਰਕੇ ਹੁਣ ਸਿਰ 'ਤੇ ਆ ਗਈ ਗੱਲ। ਅਤੇ ਦੂਜਾ ਰੌਲਾ ਆੜ੍ਹਤੀਆਂ ਦਾ ਪਿਆ ਵਾ, ਚੈੱਕਾਂ ਦਾ ਪਿਆ ਵਾ, ਇੱਕ ਫਰਦਾਂ ਦੇਣ ਵਾਲਾ ਗੱਲ ਹੈ, ਕਿਸਾਨ ਵੀ ਫਰਦਾਂ ਦੇਣ ਤਾਂ ਕਣਕ ਖਰੀਦਾਂਗੇ। ਉਹ ਸਾਰੇ ਮਸਲੇ ਇੰਨੇ ਗੁੰਝਲਦਾਰ ਹੈ, ਫਰਜ਼ ਕਰੋ ਸਾਡੇ ਪੰਜਾਬ ਦੇ ਲੋਕ ਬਾਹਰ ਬਹੁਤ ਬੈਠੇ ਆ, ਉਹ ਫਰਦਾਂ ਕਿੱਥੋਂ ਆ ਕੇ ਦੇਣਗੇ, ਉਹ ਕਿਵੇਂ ਆਉਣਗੇ? 2-2 ਲੱਖ ਤਾਂ ਉਹਨਾਂ ਦੀ ਟਿਕਟ ਹੈ, ਫਿਰ ਕਰੋਨੇ ਦੇ ਕਈ ਮਸਲੇ ਨੇ। ਸੋ ਇਹ ਬੜੀ ਗੰਭੀਰ ਸਮੱਸਿਆ ਹੈਗੀ ਹੈ, ਇਹਦੇ 'ਤੇ ਸਰਕਾਰ ਨੂੰ ਸਟੈਂਡ ਲੈਣਾ ਚਾਹੀਦਾ। ਜ਼ਮੀਨਾਂ ਲੋਕਾਂ ਦੀਆਂ ਠੇਕਿਆਂ 'ਤੇ ਦਿੱਤੀਆਂ ਵੀ ਹੈ, ਕਿਸੇ ਦੀਆਂ ਹਿੱਸੇ 'ਤੇ ਦਿੱਤੀਆਂ ਵੀ ਹੈ, ਠੇਕਾ ਕਿਸਾਨ ਜਿਹੜਾ ਮਾਲਕ ਆ ਉਹ ਲੈ ਗਿਆ, ਚੈੱਕ ਮਾਲਕ ਦੇ ਨਾਂ ਆਊਗਾ ਅਤੇ ਫਿਰ ਠੇਕੇਦਾਰ ਤੋਂ ਪੈਸੇ ਤਾਂ ਠੇਕਿਆਂ ਤੋਂ ਲੈ ਗਿਆ ਮਾਲਕ, ਅਤੇ ਉਹਨਾਂ ਨੂੰ ਪੈਸੇ ਕੌਣ ਦੇਊਗਾ? ਇਹਦੇ ਰੌਲੇ ਪੈਣਗੇ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ, ਬਹੁਤ ਹੀ ਨਾਜ਼ੁਕ ਮਸਲਾ ਇਸ ਵੇਲੇ ਕਿਸਾਨੀ ਦਾ ਜਿਹੜਾ ਹੈਗਾ, ਖਰੀਦ ਦਾ ਵੀ, ਝੋਨੇ ਦਾ ਵੀ, ਅੱਜ ਦਾ ਕਣਕ ਦਾ ਵੀ, ਅਤੇ ਮੂਹਰੇ ਝੋਨਾ ਵੀ ਆ ਜਾਣਾ, ਇਹ ਇਵੇਂ ਚੱਲੇਗਾ। ਸੋ ਸੈਂਟਰ ਸਰਕਾਰ ਨਾਲ ਬਹਿ ਕੇ ਗੱਲ, ਪੰਜਾਬ ਸਰਕਾਰ ਨੂੰ ਹੁਣ ਆਪ ਵਿੱਚ ਦਾ ਹੋ ਕੇ ਨਾਲ ਅਪੋਜੀਸ਼ਨ ਪਾਰਟੀਆਂ ਦੇ ਸਾਰੇ ਸਿਆਣੇ ਬੰਦਿਆਂ ਨੂੰ ਲੈ ਕੇ ਇਹ ਗੱਲ ਸੈਂਟਰ ਨਾਲ ਮੁਕਾਉਣੀ ਚਾਹੀਦੀ ਹੈ। ਨਹੀਂ ਇਹ ਰੇੜਕਾ ਵਾਧਾ 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 ਜਿਹੜਾ ਕਿਸਾਨੀ ਵਾਲਾ ਐਜੀਟੇਸ਼ਨ ਹੈ, ਇਹ ਕਿਤੇ ਹੋਰ ਨਾ ਇਹੋ ਜਿਹਾ ਰੁੱਖ ਲੈ ਜੇ ਜਿਹੜਾ ਬਿਲਕੁਲ ਟਕਰਾਓ ਦਾ ਕਾਰਨ ਬਣ ਜੇ, ਪੰਜਾਬ ਦੇ ਵਿੱਚ ਕੋਈ ਨਵੀਆਂ ਸਥਿਤੀਆਂ ਪੈਦਾ ਹੋ ਜਾਣ। ਇਹ ਜਿਹੜੇ ਸਾਰੇ ਜਿਹੜੇ ਫੈਸਲੇ ਹੋ ਰਹੇ ਆ ਇਸ ਵੇਲੇ, ਐਂਟੀ ਕਿਸਾਨ ਹੋ ਰਹੇ ਆ, ਐਂਟੀ ਪੰਜਾਬ ਹੋ ਰਹੇ ਆ, ਇਹ ਬਹੁਤ ਮਾੜੇ ਫੈਸਲੇ ਨੇ, ਬਹੁਤ ਦੁਖਦਾਈ ਫੈਸਲੇ ਨੇ। ਸੋ ਮੈਂ ਹੈਰਾਨ ਹਾਂ ਕਿ ਮੁੱਖ ਮੰਤਰੀ ਜੀ ਨੇ ਮੰਗ ਕਰਤੀ ਕਿ ਆੜ੍ਹਤੀਆਂ ਵਾਲਾ ਜਿਹੜਾ ਮਸਲਾ ਸਿੱਧੇ ਚੈੱਕ ਦੇਣ ਵਾਲਾ 1 ਸਾਲ ਲਈ ਟਾਲ ਦਿਓ। ਇਹਦਾ ਮਤਲਬ ਅਸੀਂ ਮੰਨ ਲਿਆ ਕਿ ਅਗਲੇ ਸਾਲ ਤੋਂ ਲਾਗੂ ਕਰ ਦਿਓ, ਭਾਵੇਂ ਦੀ ਤਿਆਰੀ ਦਾ ਸਾਲ ਟਾਲ ਦਿਓ। ਜਾਂ ਤਾਂ ਮੁੱਖ ਮੰਤਰੀ ਹਰੇਕ ਚੀਜ਼ ਨੂੰ ਅਗਲੇ ਸਾਲ 'ਤੇ ਲਈ ਜਾਂਦਾ, ਜੇ ਕੋਈ ਸਹੂਲਤਾਂ ਦੇਣ ਵਾਲੀ ਗੱਲ ਕੀਤੀ ਉਹ ਵੀ ਜਾ ਕੇ 7ਵੇਂ 8ਵੇਂ ਮਹੀਨੇ ਮਤਲਬ ਅਗਲੇ ਸਾਲ 'ਚ। ਜੇ ਆ ਹੁਣ ਮਸਲੇ ਆ, ਜੇ ਕੋਈ ਖੜ੍ਹੇ ਹੁੰਦੇ ਆ ਤਾਂ, ਜੇ ਕਣਕ ਦੀ ਖਰੀਦ ਦਾ ਮਸਲਾ ਆਇਆ ਉਹ ਵੀ ਅਗਲੇ ਸਾਲ ਦੇ ਉੱਤੇ ਗੱਲ ਆ ਗਈ ਵੀ ਅਗਲੇ ਸਾਲ ਦੇ ਉੱਤੇ ਪਾ ਦਿਓ। ਸੋ ਹਰੇਕ ਚੀਜ਼ ਨੂੰ ਜੇ ਅਗਲੇ ਸਾਲ 'ਤੇ ਆਪਾਂ ਪਾਈ ਜਾਵਾਂਗੇ, ਇਹਦਾ ਮਤਲਬ ਸਰਕਾਰ ਨੇ ਮੰਨ ਲਿਆ ਕਿ ਅਗਲੀ ਸਰਕਾਰ ਸਾਡੀ ਨਹੀਂ ਬਣਨੀ, ਅਤੇ ਆਪਾਂ ਕੇਰਾਂ ਗਲੋਂ ਗਲਾਵਾਂ ਲਾ ਦਿਓ, ਟਾਲ ਦਿਓ ਇਸ ਗੱਲ ਨੂੰ, ਅਗਲੇ ਸਾਲ ਆਪੇ ਜਿਹੜੀ ਸਰਕਾਰ ਹੋਊਗੀ ਉਹ ਜਾਣੂਗੀ। ਨਹੀਂ, ਸਰਕਾਰ ਦੀ ਡਿਊਟੀ ਆ, ਅੱਜ ਜਿਹੜੀ ਸਰਕਾਰ ਹੈ ਇਹਦੀ ਜ਼ਿੰਮੇਵਾਰੀ ਹੈ, ਇਹ ਮਸਲੇ ਤਕੜੇ ਹੋ ਕੇ ਨਿਭਾਉਣੇ ਚਾਹੀਦੇ ਆ, ਚਾਹੇ ਆੜ੍ਹਤੀਆਂ ਦਾ ਚੈੱਕਾਂ ਦਾ ਮਸਲਾ ਹੈ, ਚਾਹੇ ਫਰਜ਼ ਦੇਣ ਦਾ ਮਸਲਾ ਹੈ, ਚਾਹੇ ਨਵੀਂ ਦਾ ਮਸਲਾ ਹੈ, ਚਾਹੇ ਟੁੱਟੇ ਦਾਣਿਆਂ ਦਾ ਮਸਲਾ, ਇਹ ਸਾਰੇ ਮਸਲੇ ਜਿਹੜੇ ਬਹੁਤ ਗੰਭੀਰ ਹੈ। ਮੁੱਖ ਮੰਤਰੀ ਜੀ ਨੂੰ ਸੀਰੀਅਸ ਹੋ ਕੇ ਇਸ ਗੱਲ ਨੂੰ ਸਾਰੇ ਨੂੰ ਲੈਣਾ ਚਾਹੀਦਾ, ਨਹੀਂ ਤਾਂ ਇਹਦੇ ਨਾਲ ਬਹੁਤ ਵੱਡਾ ਕਿਸਾਨਾਂ ਦਾ ਨੁਕਸਾਨ ਹੋਏਗਾ, ਉਲਝਾਓ ਪੈਣਗੇ, ਟਕਰਾਓ ਹੋਣਗੇ, ਨਵੇਂ ਕਜੀਏ ਕਲੇ ਛਿੜਨਗੇ, ਮੰਡੀਆਂ ਦੇ ਵਿੱਚ ਝਗੜੇ ਹੋਣਗੇ। ਇਹ ਸਾਰੀਆਂ ਗੱਲਾਂ ਤਾਂ ਹੀ ਨਿਪਟ ਸਕਦੀਆਂ ਨੇ ਜੇ ਸਾਫ ਲਫ਼ਜ਼ਾਂ ਵਿੱਚ ਜਾ ਕੇ ਸਾਰੇ ਇਕੱਠੇ ਹੋ ਕੇ ਪ੍ਰਧਾਨ ਮੰਤਰੀ ਜੀ ਨੂੰ, ਸਾਰਾ ਪੰਜਾਬ ਇਕਮੁੱਠ ਹੋ ਕੇ ਚੱਲੀਏ ਅਤੇ ਪ੍ਰਧਾਨ ਮੰਤਰੀ ਜੀ ਨੂੰ ਜਾ ਕੇ ਦੱਸੀਏ ਵੀ ਇਹ ਨਾ ਕਰੋ ਤੁਸੀਂ ਵਿੱਚ ਦਖਲ ਦੇ ਕੇ, ਇਹਨੂੰ ਰੋਕੋ ਸਾਰੇ ਕੰਮ ਨੂੰ, ਤਾਂ ਇਹ ਸ਼ਾਇਦ ਮਸਲਾ ਰੁਕੇਗਾ। ਨਹੀਂ ਤਾਂ ਆਉਣ ਵਾਲਾ ਜਿਹੜਾ ਸਮਾਂ ਉਹ ਪੰਜਾਬ ਦੇ ਕਿਸਾਨਾਂ ਵਾਸਤੇ ਕੋਈ ਬਹੁਤਾ ਚੰਗਾ ਨਹੀਂ ਹੈਗਾ, ਅਤੇ ਜੇ ਕਿਸਾਨਾਂ ਵਾਸਤੇ ਚੰਗਾ ਨਹੀਂ ਤਾਂ ਫਿਰ ਸਮਝ ਲਓ ਦੇਸ਼ ਵਾਸਤੇ ਵੀ ਚੰਗਾ ਨਹੀਂ। ਸੋ ਮੈਂ ਤਾਂ ਇੱਕ ਵਾਰ ਫਿਰ ਕਿਸਾਨ ਹੋਣ ਦੇ ਨਾਤੇ, ਪੰਜਾਬ ਦਾ ਹਿਤੈਸ਼ੀ ਹੋਣ ਦਾ ਨਾਤੇ, ਦੇਸ਼ ਦਾ ਹਿਤੈਸ਼ੀ ਹੋਣ ਦੇ ਨਾਤੇ ਮੁੱਖ ਮੰਤਰੀ ਜੀ ਨੂੰ ਫਿਰ ਅਪੀਲ ਕਰਦਾ ਕਿ ਹਿੰਮਤ ਕਰੋ, ਇੱਥੋਂ ਨਿਕਲੋ, ਤੁਸੀਂ ਪਹਾੜਾਂ ਦੇ ਵਿੱਚੋਂ ਨਿਕਲ ਕੇ ਦਿੱਲੀ ਦਾ ਰਸਤਾ ਫੜੀਏ, ਪ੍ਰਧਾਨ ਮੰਤਰੀ ਨੂੰ ਜਾ ਕੇ ਮਿਲੀਏ। ਨਹੀਂ ਮੰਨੂਗਾ ਤਾਂ ਫਿਰ ਹੋਰ ਰਸਤੇ ਬਥੇਰੇ ਨੇ, ਫਿਰ ਆਪਾਂ ਉੱਧਰ ਨੂੰ ਵੀ ਚੱਲ ਪਾਂਗੇ, ਕਿਹੜਾ ਪ੍ਰਧਾਨ ਮੰਤਰੀ ਨੂੰ ਮਿਲਤਾ ਲਈਏ, ਉਹਦੇ ਧਿਆਨ 'ਚ ਤਾਂ ਲਈਏ ਗੱਲ, ਅਤੇ ਇਹ ਆਪਣੀ ਡਿਊਟੀ ਹੈ ਸਾਰਿਆਂ ਦੀ। ਜੇ ਆਪਾਂ ਇਹ ਡਿਊਟੀ ਤੋਂ ਕੁਤਾਹੀ ਕਰਾਂਗੇ, ਆਉਣ ਵਾਲੀਆਂ ਨਸਲਾਂ ਆਪਾਂ ਨੂੰ ਕਦੇ ਮਾਫ਼ ਨਹੀਂ ਕਰਨਗੀਆਂ, ਅਤੇ ਮੈਨੂੰ ਆਸ ਹੈ ਸਾਡੇ ਮਾਣਯੋਗ ਮੁੱਖ ਮੰਤਰੀ ਜੀ ਜ਼ਰੂਰ ਇਹਨਾਂ ਗੱਲਾਂ ਵੱਲ ਫੌਰੀ ਧਿਆਨ ਦੇਣਗੇ, ਕਿਉਂਕਿ ਫੌਰੀ ਮਸਲਾ, ਕਣਕ ਦੇ ਆਉਣ ਦੇ ਵਿੱਚ ਸਿਰਫ 15 ਦਿਨ ਰਹਿ ਗਏ ਨੇ ਸਾਰੇ, ਅਤੇ ਫਿਰ ਇਹ ਨਵੀਆਂ ਸਥਿਤੀਆਂ ਪੈਦਾ ਹੋ ਜਾਣਗੀਆਂ, ਫਿਰ ਠੀਕ ਨਹੀਂ ਆਉਣਾ ਮਸਲਾ। ਸੋ ਜਿੰਨੀ ਛੇਤੀ, ਚਿੱਠੀਆਂ ਨਾਲ ਨਹੀਂ ਹੁਣ ਮਸਲਾ ਹੋਣਾ, ਹਾਲੇ ਮਿਲ ਕੇ ਹੋਣਾ ਮਸਲਾ, ਜਿੰਨੀ ਛੇਤੀ ਮਿਲ ਕੇ ਪ੍ਰਧਾਨ ਮੰਤਰੀ ਜੀ ਦੇ ਧਿਆਨ 'ਚ ਇਹ ਮਸਲਾ ਲਿਆ ਦੇਈਏ, ਉਨਾ ਹੀ ਛੇਤਾ ਪੰਜਾਬ ਦਾ ਭਲਾ।
लाइक करो, सब्सक्राइब करो ते घंटी दे निशान ते क्लिक करो।